ਕਹਿੰਦਾ ਨਾ ਮੈਂ ਨਹੀਂ ਦੇਖੇ ਸੰਤ, ਕਹਿੰਦਾ ਮੈਂ ਸੁਣਿਆ ਇੱਥੇ ਦੀਵਾਨ ਲੱਗਦੇ ਨੇ ਉਹਨਾਂ ਦੇ, ਚੱਲ ਆਪਾਂ ਉਹਨਾਂ ਦਾ ਦੀਵਾਨ ਸੁਣਨ ਚੱਲਦੇ ਹਾਂ। ਸੰਤ ਬਾਬਾ ਈਸ਼ਰ ਸਿੰਘ ਜੀ ਕਹਿੰਦੇ, ਕਹਿੰਦਾ ਚੱਲ ਦੇਖ ਲੈਂਦੇ ਹਾਂ ਆਪਾਂ ਕਿਹੋ ਜਿਹਾ ਬਾਬਾ। ਜਦੋਂ ਚਲੇ ਗਏ ਉੱਥੇ ਮਹਾਰਾਜ ਜੀ, ਪਿਛਲੇ ਪਾਸੇ ਦੀ ਹੁਣ ਵੀ ਇਹੀ ਮਰਿਆਦਾ, ਮੌਜੂਦਾ ਮੁਖੀ ਸੰਤ ਬਾਬਾ ਬਲਜਿੰਦਰ ਸਿੰਘ ਜੀ ਰਾੜਾ ਸਾਹਿਬ ਵਾਲੇ, ਹੁਣ ਵੀ ਉਹੀ ਮਰਿਆਦਾ, ਬਹੁਤਾ ਛੋਸ਼ਾ ਨਹੀਂ, ਬਹੁਤੇ ਹਾਰ ਨਹੀਂ, ਬਹੁਤੀਆਂ ਪੀਪਣੀਆਂ ਬਾਜੇ ਨਹੀਂ ਵੱਜਦੇ, ਐਂ ਬਸ ਪਿਛਲੇ ਪਾਸੇ ਦੀ ਹੋਈ ਆ ਕੇ ਮੱਥਾ ਟੇਕ ਕੇ ਸਟੇਜ ਤੇ ਸੱਜ ਜਾਂਦੇ ਨੇ, ਸੰਗਤਾਂ ਨੂੰ ਦਰਸ਼ਨ ਦਿੰਦੇ ਨੇ ਔਰ ਸੰਗਤਾਂ ਦੇ ਦਰਸ਼ਨ ਕਰਦੇ ਨੇ। ਕਹਿੰਦੇ ਮਹਾਰਾਜ ਜੀ ਪਿਛਲੇ ਪਾਸੇ ਦੀ ਸਟੇਜ ਦੇ ਉੱਤੇ ਆ ਕੇ ਸੁਭਾਇਮਾਨ ਹੋ ਗਏ, ਇਹ ਸਤਿਗੁਰਾਂ ਨੂੰ ਮੱਥਾ ਟੇਕ ਕੇ ਸੰਗਤ ਵਿੱਚ ਬਹਿ ਗਿਆ। ਹੁਣ ਜਦੋਂ ਮਹਾਰਾਜ ਜੀ ਨੇ ਕੀਰਤਨ ਸ਼ੁਰੂ ਕੀਤਾ, ਆਨੰਦ ਬਰਸਾਤਾ, ਰਸਨਾ ਤੋਂ ਫੁੱਲ ਕਿਰਦੇ ਨੇ। ਜਦੋਂ ਹਾਰਮੋਨੀਅਮ ਦੀ ਬਾਜੇ ਦੀ ਸੁਰ ਤੇ ਹੱਥ ਰੱਖਿਆ, ਉਹ ਤਾਂ ਪੰਛੀਆਂ ਨੂੰ ਵੀ ਮੰਤਰ ਮੁਗਧ ਕਰਦਿਆਂ ਕਰਦਿਆਂ, ਸਾਡੇ ਨੇੜੇ ਹੀ ਨਗਰ ਹੈ ਮੋਮਨਾਬਾਦ, ਮਹਾਰਾਜ ਜੀ ਉੱਥੇ ਆਸਾ ਜੀ ਦੀ ਵਾਰ ਦਾ ਕੀਰਤਨ ਕਰਨਗੇ। ਇੱਕ ਤੋਤਾ ਉੱਡ ਕੇ ਮਹਾਰਾਜ ਜੀ ਦੇ ਹਾਰਮੋਨੀਅਮ ਤੇ ਆ ਕੇ ਬਹਿ ਗਿਆ। ਜਦੋਂ ਮਹਾਰਾਜ ਧਾਰਨਾ ਪੜਨ ਲੱਗੇ, ਹਾਰਮੋਨੀਅਮ ਤੋਂ ਉੱਡ ਕੇ ਗੁਰੂ ਸਾਹਿਬ ਦੇ ਕੋਲ, ਮੰਜੀ ਸਾਹਿਬ ਦੇ ਕੋਲ ਜਾ ਕੇ ਬਹਿ ਗਿਆ। ਸਾਰਾ ਦੀਵਾਨ ਸੁਣਿਆ ਪੰਛੀ ਨੇ। ਜਦੋਂ ਸਮਾਪਤੀ ਹੋ ਗਈ, ਆਸਾ ਜੀ ਦੀ ਵਾਰ ਦਾ ਭੋਗ ਪਿਆ, ਉਡਾਰੀ ਮਾਰ ਗਿਆ। ਰੜ ਸਾਹਿਬ ਵਾਲੇ ਸੰਤਾਂ ਦੇ ਦੀਵਾਨ ਤਾਂ ਪੰਛੀ ਵੀ ਸੁਣਿਆ ਕਰਦੇ, ਕਿਉਂਕਿ ਭਗਤੀ ਵਾਲੇ ਬਚਨ, ਸ਼ਕਤੀ ਵਾਲੇ ਬਚਨ। ਆਏ ਥੋੜੂ ਆ ਸਟੇਜ ਤੇ ਬੈਠਣ ਸਾਰ ਨਿੰਦਿਆ ਸ਼ੁਰੂ, ਓਏ ਅਕਾਲੀਆਂ ਨੇ ਉਹ ਕਰਤਾ, ਓਏ ਕਾਂਗਰਸੀਆਂ ਨੇ ਉਹ ਕਰਤਾ, ਇਹੋ ਜਿਹੇ ਬਚਨ ਨਹੀਂ ਸੀ ਕਰਦੇ ਹੁੰਦੇ। ਬੰਦਗੀ ਤੋਂ ਬਚਨ ਸ਼ੁਰੂ ਕਰਨੇ ਤੇ ਬੰਦਗੀ ਤੇ ਮੁਕਾ ਦੇਣੇ। ਉਸ ਤੋਂ ਬਾਅਦ ਕਹਿੰਦੇ ਬੈਠਾ ਦੀਵਾਨ ਸੁਣਦਾ ਰਿਹਾ। ਜਦੋਂ ਸੰਤ ਜੀਆਂ ਨੇ ਧਾਰਨਾ ਪੜੀ, ਤੇ ਤੋ ਰੱਬ ਠੱਗਿਆ ਨਹੀਂ ਹੋ ਜਾਣਾ, ਦੁਨੀਆਂ ਨੂੰ ਠੱਗਣ ਵਾਲਿਆ। ਜਦੋਂ ਧਾਰਨਾ ਪੜੀ ਸੰਤ ਮਹਾਰਾਜ ਜੀਆਂ ਨੇ, ਭਾਵੇਂ ਨਿੰਦਿਆ ਕਰੇ ਜਗ ਸਾਰਾ, ਭਗਤੀ ਨਾ ਛੱਡੋ ਰਾਮ ਦੀ।